ਗੁਰੂ ਰੂਪ ਸਤਕਾਰਯੋ ਖਾਲਸਾ ਜੀ ਦਾਸ ਭਪਿੰਦਰ ਸਿੰਘ ਮਹਿਮਦਪੁਰ ਪੁਕਾਰ ਦਾ ਕੁਆਲਿਟੀ ਵੀ ਤੇ ਆਪ ਸਭ ਦਾ ਸਵਾਗਤ ਕਰਦਾ ਹੈ ਕਿਤਾਬਾਂ ਦੀ ਦੁਨੀਆ ਪੁਸਤਕ ਸਮਿਖਿਆ ਪ੍ਰੋਗਰਾਮ ਲੈ ਕੇ ਹਰ ਹਫਤੇ ਦੀ ਤਰ੍ਹਾਂ ਮੈਂ ਹਾਜ਼ਰ ਹੋਇਆ ਹਾਂ ਆਓ ਸਭ ਤੋਂ ਪਹਿਲਾਂ ਆਪਾਂ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਪਤੀ ਬੁਲਾਈਏ ਤੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀਓ ਸਿੱਖ ਇਤਿਹਾਸ ਗੁਰੂ ਸਹਿਬਾਨ ਜੀ ਤੋਂ ਲੈ ਕਰਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਮਿਸਲਾਂ ਦਾ ਇਤਿਹਾਸ ਖਾਲਸਾ ਰਾਜ ਮਹਾਰਾਜਾ ਰنجੀਤ ਸਿੰਘ ਉਸ ਤੋਂ ਪ੍ਰੰਤ ਅੰਗਰੇਜ਼ਾਂ ਦੇ ਅਧੀਨ ਤੇ ਅੱਜ ਤੱਕ ਦਾ ਬਹੁਤ ਬੇਅੰਤ ਇਤਿਹਾਸ ਹੈ ਔਰ ਗੁਰੂ ਕਾਲ ਤੇ ਸਿੱਖ ਮਿਸਲਾਂ ਦੇ ਦੌਰਾਨ ਬਹੁਤ ਸਾਰੇ ਐਸੇ ਲਿਖਾਰੀ ਉਹ ਹਿੰਦੂ ਵੀ ਸਨ ਮੁਸਲਮਾਨ ਵੀ ਸਨ ਤੇ ਕੁਝ ਅੰਗਰੇਜ਼ ਕਾਲ ਦੇ ਸਮੇਂ ਅੰਗਰੇਜ਼ਾਂ ਨੇ ਵੀ ਸਿੱਖ ਇਤਿਹਾਸ ਲਿਖਿਆ ਇਹ ਜਿੰਨਾ ਵੀ ਸਿੱਖ ਇਤਿਹਾਸ ਹੈ ਫਾਰਸੀ ਦੇ ਵਿੱਚ ਹਿੰਦੀ ਵਿੱਚ ਪੰਜਾਬੀ ਵਿੱਚ ਅੰਗਰੇਜ਼ੀ ਵਿੱਚ ਤੇ ਹੋਰ ਵੀ ਕਈ ਭਾਸ਼ਾਵਾਂ ਦੇ ਵਿੱਚ ਸਿੱਖ ਇਤਿਹਾਸ ਦੇ ਸਰੋਤ ਮਿਲਦੇ ਹਨ ਸਿੱਖ ਇਤਿਹਾਸ ਦੇ ਸਰੋਤਾਂ ਦੇ ਵਿੱਚੋਂ ਹੀ ਮੁੱਖ ਸਰੋਤ ਜਿਹੜੀਆਂ ਭੱਟ ਤੇ ਪੰਡਾ ਵਹੀਆਂ ਹਨ ਜਿੱਥੇ ਬਹੁਤ ਸਾਰੇ ਵਿਦਵਾਨ ਰਾਜਾ ਮਹਾਰਾਜਿਆਂ ਦੇ ਅਖਬਾਰ ਨਵੀਸ ਬਾਦਸ਼ਾਹਾਂ ਦੇ ਅਖਬਾਰ ਨਵੀਸ ਉਹਨਾਂ ਦੇ ਨਾਲ ਆਏ ਹੋਏ ਕਈ ਸਾਰੇ ਵਿਦਵਾਨ ਜਾਂ ਆਪਣੇ ਤੌਰ ਤੇ ਕਈਆਂ ਨੇ ਇਤਿਹਾਸ ਲਿਖਿਆ ਹੈ ਉੱਥੇ ਨਾਲ ਦੀ ਨਾਲ ਜਿਹੜੇ ਪਾਂਡੇ ਜਾਂ ਭੱਟ ਹੁੰਦੇ ਸਨ ਉਹ ਵੀ ਆਪਣੇ ਸਮੇਂ ਦਾ ਕੁਝ ਕਿ ਇਤਿਹਾਸ ਸੰਭਾਲ ਕੇ ਰੱਖਦੇ ਸਨ ਔਰ ਖਸੂਸਨ ਜਿਹੜੇ ਪੰਡੇ ਤੇ ਭਟ ਹੁੰਦੇ ਸਨ ਆਪਣੇ ਜਜਮਾਨ ਦੇ ਨਾਲ ਸੰਬੰਧਿਤ ਇਹ ਜਜਮਾਨ ਉਹਨਾਂ ਦੇ ਰਾਜੇ ਮਹਾਰਾਜੇ ਵੀ ਹੋ ਸਕਦੇ ਸਨ ਅਮੀਰ ਵਜ਼ੀਰ ਵੀ ਹੋ ਸਕਦੇ ਸਨ ਜਾਂ ਜਿਹੜੀਆਂ ਸਤਕਾਰਤ ਸ਼ਖਸੀਅਤਾਂ ਉਹ ਵੀ ਹੋ ਸਕਦੀਆਂ ਸਨ ਉਹਨਾਂ ਦਾ ਇਤਿਹਾਸ ਉਹਨਾਂ ਦਾ ਜਿਹੜਾ ਹਰ ਗੱਲ ਦੇ ਨਾਲ ਸੰਬੰਧਿਤ ਮਸਲਨ ਉਹਨਾਂ ਦੇ ਪਰਿਵਾਰ ਦੇ ਵਿੱਚ ਕੌਣ ਪੈਦਾ ਹੋਇਆ ਹੈ ਕੌਣ ਚਲਾਣਾ ਕੀਤਾ ਹੈ ਕਲੋਂ ਚਲਾਣਾ ਕੀਤਾ ਹੈ ਕੀ ਕੀਤਾ ਹੈ ਜਾਂ ਉਹਨਾਂ ਦੇ ਪਰਿਵਾਰ ਦੇ ਨਾਲ ਸੰਬੰਧਿਤ ਜਾਂ ਉਸ ਦੇ ਸਮੇਂ ਦੇ ਨਾਲ ਸੰਬੰਧਿਤ ਕੋਈ ਰਾਜ ਦੇ ਵਿੱਚ ਹਕੂਮਤ ਦੇ ਵਿੱਚ ਸਮਾਜਿਕ ਤੌਰ ਤੇ ਕੋਈ ਵੱਡੀਆਂ ਘਟਨਾਵਾਂ ਉਹ ਵੀ ਪਾਂਡੇ ਜਿਹੜੇ ਸਨ ਭਟ ਜਿਹੜੇ ਸਨ ਉਹ ਦਰਜ ਕਰਦੇ ਸਨ ਤੇ ਦੂਸਰੀ ਅਹਿਮ ਗੱਲ ਪੱਟਾਂ ਤੇ ਪੰਡਿਆਂ ਦੇ ਨਾਲ ਸੰਬੰਧਿਤ ਇਹ ਹੈ ਕਿ ਉਹ ਇਹ ਕੰਮ ਪੀੜੇ ਦਾਰ ਪੀੜੇ ਕਰਦੇ ਸਨ ਇਹਨਾਂ ਇੱਕ ਇੱਕ ਪੰਡੇ ਨੇ ਕੰਮ ਕੀਤਾ ਤੇ ਅਗਲੀ ਉਹਦੀ ਪੀੜ੍ਹੀ ਨੇ ਛੱਡ ਦਿੱਤਾ ਐਸਾ ਨਹੀਂ ਹੁੰਦਾ ਸੀ ਤੇ ਇਹਦਾ ਫਾਇਦਾ ਵੀ ਹੋਇਆ ਕਿ ਇਸ ਦੇ ਨਾਲ ਜੋ ਪੀੜ੍ਹੀ ਦਰ ਪੀੜ੍ਹੀ ਆਪਣੇ ਜਜਮਾਨ ਜਾਂ ਸਤਕਾਰ ਸ਼ਸਤੀ ਤਾਂ ਜਿਨ੍ਹਾਂ ਦੇ ਨਾਲ ਸੰਬੰਧਿਤ ਉਹ ਪੱਟ ਹੁੰਦੇ ਸਨ ਪੰਡੇ ਹੁੰਦੇ ਸਨ ਉਹਨਾਂ ਦਾ ਜਿਹੜਾ ਇਤਿਹਾਸ ਸੀ ਉਹਨਾਂ ਦੇ ਪਰਿਵਾਰ ਦੇ ਨਾਲ ਸੰਬੰਧਿਤ ਉਹ ਵੀ ਪੀੜ੍ਹੀ ਦਰ ਪੀੜ੍ਹੀ ਪੰਡਿਆਂ ਦੇ ਨਾਲ ਨਾਲ ਹੀ ਅੱਗੇ ਤੋਂ ਅੱਗੇ ਚੱਲਦਾ ਜਾਂਦਾ ਇਹੋ ਹੀ ਉਹਨਾਂ ਦੀ ਰੋਜੀ ਰੋਟੀ ਦਾ ਸਾਧਨ ਵੀ ਹੁੰਦਾ ਸੀ ਤੋਂ ਸਿੱਖ ਇਤਿਹਾਸ ਵੀ ਇਸੇ ਤਰ੍ਹਾਂ ਬਹੁਤ ਸਾਰਾ ਪਾਟਵਈਆਂ ਦੇ ਵਿੱਚੋਂ ਸਾਨੂੰ ਪੰਡਾ ਵਈਆਂ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ ਤੇ ਉਹ ਹੈ ਵੀ ਬਹੁਤ ਸਟੀਕ ਉਹ ਬੜੀ ਉਮਦਾ ਜਾਣਕਾਰੀ ਹੈ ਤੇ ਸਟੀਕ ਜਾਣਕਾਰੀ ਹੈ ਜਿਸ ਦੇ ਉੱਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ ਹਾਲਾਂਕਿ ਕੁਝ ਜਿਹੜੇ ਹਿੰਦੂ ਇਤਿਹਾਸਕਾਰ ਨੇ ਜਾਂ ਜਿਹੜੇ ਮੁਸਲਮਾਨ ਇਤਿਹਾਸਕਾਰ ਨੇ ਜਿਨ੍ਹਾਂ ਨੇ ਹਿੰਦੀ ਦੇ ਵਿੱਚ ਤੇ ਜਿਹੜਾ ਫਾਰਸੀ ਦੇ ਵਿੱਚ ਸਿੱਖ ਇਤਿਹਾਸ ਲਿਖਿਆ ਉਹ ਕੁਝ ਛੱਕ ਦੇ ਦਾਇਰੇ ਚ ਹੋ ਸਕਦਾ ਹੈ ਕਈ ਵਾਰ ਗੱਲ ਨੂੰ ਵਧਾ ਚੜਾ ਕੇ ਜਾਂ ਕਈ ਵਾਰੀ ਗੱਲ ਨੂੰ ਘੱਟ ਕਰਕੇ ਜਾਂ ਮਾੜਾ ਕਰਕੇ ਲਿਖਿਆ ਜਾ ਸਕਦਾ ਹੈ ਪਰ ਭੱਟ ਜਿਹੜੇ ਸਨ ਉਹ ਅਜਿਹਾ ਨਹੀਂ ਕਰਦੇ ਸਨ ਉਹ ਬਿਲਕੁਲ ਸਟੀਕ ਜਾਣਕਾਰੀ ਬੜੀ ਸੰਖੇਪ ਜਾਣਕਾਰੀ ਦਿੰਦੇ ਸਨ ਤੇ ਉਸ ਦੇ ਵਿੱਚ ਜਿਹੜਾ ਰਲਾ ਪੈਣ ਦੀ ਜਾਣਕਾਰੀ ਉਹ ਵੀ ਬਹੁਤ ਘੱਟ ਹੋ ਸਕਦੀ ਸੀ ਕਿ ਜੋ ਉਹਨਾਂ ਨੇ ਲਿਖਿਆ ਹੈ ਉਸ ਦੇ ਵਿੱਚ ਕੋਈ ਮਿਲਾਵਟ ਵੀ ਨਹੀਂ ਹੋ ਸਕਦੀ ਸੀ ਇਹਦਾ ਕਾਰਨ ਇਹ ਹੈ ਕਿ ਭੱਟ ਜਿਹੜੇ ਸਨ ਉਹਨਾਂ ਦੀ ਆਪਣੀ ਇੱਕ ਵੱਖਰੀ ਭਾਸ਼ਾ ਹੁੰਦੀ ਸੀ ਆਪਣੀ ਵੱਖੀ ਪਟਾਖਰੀ ਉਹਨੂੰ ਕਿਹਾ ਜਾਂਦਾ ਸੀ ਤੇ ਉਹ ਭਾਸ਼ਾ ਹੋਰ ਕਿਸੇ ਨੂੰ ਸਿਖਾਉਂਦੇ ਵੀ ਨਹੀਂ ਸਨ ਪੀੜੀ ਦਰ ਪੀੜੀ ਉਹਨਾਂ ਦੇ ਪਰਿਵਾਰ ਵਿੱਚ ਹੀ ਭੱਟਾਂ ਵਿੱਚ ਹੀ ਇਹ ਭਾਸ਼ਾ ਰਹਿੰਦੀ ਸੀ ਜਾਂ ਪੰਡਿਆਂ ਵਿੱਚ ਤੇ ਇਹ ਪਟਾਖਰੀ ਜਾਂ ਪੰਡਿਆਂ ਦੀ ਭਾਸ਼ਾ ਹੋਰ ਕਿਸੇ ਦੂਸਰੇ ਤੀਸਰੇ ਬੰਦੇ ਨੂੰ ਉਹ ਨਹੀਂ ਆਉਂਦੇ ਸੀ ਤੇ ਨਾ ਹੀ ਉਹ ਸਿਖਾਉਂਦੇ ਸਨ ਇਸ ਕਰਕੇ ਕੋਈ ਮਿਲਾਵਟ ਦੀ ਗੁੰਜਾਇਸ਼ ਵੀ ਉਸ ਦੇ ਵਿੱਚ ਨਹੀਂ ਸੀ ਤੇ ਤੀਸਰਾ ਇਹਦਾ ਕਾਰਨ ਇਹ ਹੈ ਕਿ ਪਟ ਤੇ ਜਿਹੜੇ ਪੰਡੇ ਹੁੰਦੇ ਸਨ ਬੜੀ ਸੰਖੇਪ ਜਾਣਕਾਰੀ ਉਹ ਦਿੰਦੇ ਸਨ ਆਪਣੀਆਂ ਵਹੀਆਂ ਦੇ ਵਿੱਚ ਬਹੁਤ ਜ਼ਿਆਦਾ ਵਿਸਥਾਰ ਵਿੱਚ ਨਹੀਂ ਜਾਂਦੇ ਸਨ ਸੰਖੇਪ ਜਾਣਕਾਰੀ ਜਿਵੇਂ ਪੈਰਿਆਂ ਦੀ ਗੱਲ ਜਾਂ ਸਫਿਆਂ ਦੀ ਗੱਲ ਨੂੰ ਦੋ ਲਾਈਨਾਂ ਦੇ ਵਿੱਚ ਜਾਂ ਇੱਕ ਪੈਰੇ ਦੇ ਵਿੱਚ ਹੀ ਕੁਝ ਕੁ ਪੰਕਤੀਆਂ ਦੇ ਵਿੱਚ ਹੀ ਮੋਕਾ ਕੇ ਉਹ ਖਤਮ ਕਰ ਦਿੰਦੇ ਸਨ ਤੋਂ ਸਟੀਕ ਜਾਣਕਾਰੀ ਸੰਖੇਪ ਜਾਣਕਾਰੀ ਤੇ ਉਮਦਾ ਜਾਣਕਾਰੀ ਜਿਹੜੀ ਉਹ ਭਟਵੀਆਂ ਤੋਂ ਮਿਲਦੀ ਹੈ ਮਸਲਨ ਮੈਂ ਕੁਝ ਭਟਵੀਆਂ ਦਾ ਤੁਹਾਡੇ ਸਾਹਮਣੇ ਨਾਮ ਲੈਂਦਾ ਜਿਵੇਂ ਭਟਵੀ ਤਲੌਂਦਾ ਭਟਵੀ ਮਲਤਾਨੀ ਭਟਵੀ ਪੂਰਬੀ ਦੱਖਣੀ ਇਹ ਭਟਵੀਆਂ ਹਨ ਜਿਹੜੀਆਂ ਸਿੱਖ ਇਤਿਹਾਸ ਨਾਲ ਸੰਬੰਧਿਤ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਭਟਵੀਆਂ ਪੰਡਾ ਵਈਆਂ ਉਹ ਹਨ ਇਸ ਦੇ ਨਾਲ ਸਬੰਧਿਤ ਕਈ ਸਾਰੇ ਪਹਿਲਾਂ ਵੀ ਇਤਿਹਾਸਕਾਰਾਂ ਨੇ ਸਿੱਖ ਇਤਿਹਾਸਕਾਰਾਂ ਨੇ ਉਹਨਾਂ ਦਾ ਸਹਾਰਾ ਲਿਆ ਹੈ ਅੱਜ ਜਿਹੜੇ ਇਤਿਹਾਸਕਾਰ ਦੀ ਮੈਂ ਗੱਲ ਕਰਨ ਜਾ ਰਿਹਾ ਉਹ ਇਤਿਹਾਸਕਾਰ ਬਹੁਤ ਅਣਗੌਲਿਆ ਰਿਹਾ ਹੈ ਔਰ ਇਹਨੂੰ ਸਾਹਮਣੇ ਲਿਆਉਣ ਵਾਲੇ ਹਨ ਡਾਕਟਰ ਗੁਰਮukh ਸਿੰਘ ਜੀ ਅੱਜ ਦੀ ਕਿਤਾਬ ਦਾ ਨਾਮ ਹੈ ਸਰਦਾਰ ਗਰਜਾ ਸਿੰਘ ਜੀ ਦੀ ਇਤਿਹਾਸਕ ਜਾਣਕਾਰੀ ਇਹ ਜਿਹੜਾ ਸਿੱਖ ਇਤਿਹਾਸ ਗਰਜਾ ਸਿੰਘ ਜੀ ਨੇ ਪੱਟਵੀਆਂ ਤਲਬਿਆ ਗਰਜਾ ਸਿੰਘ ਦੇ ਬਾਰੇ ਪਹਿਲਾਂ ਮੈਂ ਜਾਣਕਾਰੀ ਦੇ ਦਿਆਂ ਕਿਉਂਕਿ ਉਹ ਕੋਈ ਐਸੇ ਇਤਿਹਾਸਕਾਰ ਨਹੀਂ ਸਨ ਕਿ ਜਿਨ੍ਹਾਂ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਪਰ ਇੱਕ ਸ਼ਰਧਾਲੂ ਸੱਚੇ ਸਿੱਖ ਹੋਣ ਦੇ ਨਾਤੇ ਉਹਨਾਂ ਨੇ ਪੱਟਾਂ ਦੇ ਕੋਲ ਜਾ ਕੇ ਕਈ ਜੜੀ ਜਾਣਕਾਰੀ ਇਕੱਠੀ ਕੀਤੀ ਤੇ ਉਹਨੂੰ ਲਿਖਿਆ ਵੀ ਸੰਭਾਲਿਆ ਵੀ ਅੱਗੇ ਜਾ ਕੇ ਆਪਾਂ ਜ਼ਿਕਰ ਕਰਦੇ ਹਾਂ ਸਰਦਾਰ ਗਰਜਾ ਸਿੰਘ ਦੇ ਬਾਰੇ ਪਹਿਲਾਂ ਮੈਂ ਤੁਹਾਨੂੰ ਦੱਸਦਾ ਜਾਵਾਂ 1904 ਦੇ ਵਿੱਚ ਇਹਨਾਂ ਦਾ ਜਨਮ ਹੋਇਆ 1977 ਦੇ ਵਿੱਚ ਭਾਈ ਸਾਹਿਬ ਗਰਜਾ ਸਿੰਘ ਜੀ ਉਹ ਚਲਾਣਾ ਕਰ ਜਾਂਦੇ ਹਨ ਔਰ ਇਸ ਸਮੇਂ ਦੇ ਦੌਰਾਨ ਉਹਨਾਂ ਨੇ ਕੋਈ ਬਹੁਤੀ ਜਿਹੜੀ ਆਪਣੀ ਪੜ੍ਹਾਈ ਸੀ ਉਹ ਸਕੂਲੀ ਪੜ੍ਹਾਈ ਜਾਂ ਕਾਲਜ ਵਿੱਚ ਪੜ੍ਹਾਈ ਨਹੀਂ ਕੀਤੀ ਉਹਨਾਂ ਦੀ ਜਿਹੜੀ ਪਰੰਪਰਾਗਤ ਪੜ੍ਹਾਈ ਹੋਈ ਹੈ ਕੋਈ ਗੁਰੂ ਘਰਾਂ ਦੇ ਵਿੱਚ ਗੁਰਮਖਾਂ ਪਿਆਰਿਆਂ ਤੋਂ ਹੋਈ ਹੈ ਫੇਰ ਉਹਨਾਂ ਨੂੰ ਇਤਿਹਾਸ ਦੀ ਚਟਕ ਲੱਗੀ ਤੇ ਇਤਿਹਾਸ ਇਕੱਠਾ ਕਰਨਾ ਸ਼ੁਰੂ ਕੀਤਾ ਬਹੁਤ ਗਰੀਬੜੇ ਸੇ ਕਿਸਾਨ ਇਹ ਨਹੀਂ ਕਿ ਇਹਨਾਂ ਕੋਲ ਬਹੁਤ ਜ਼ਿਆਦਾ ਮਾਇਕ ਸਾਧਨ ਸਨ ਨਹੀਂ ਬੜੇ ਗਰੀਬ ਪਰਿਵਾਰ ਦੇ ਵਿੱਚੋਂ ਸਨ ਬੜੇ ਸੀਮ ਜਏ ਆਪਣੇ ਸਾਧਨਾਂ ਦੇ ਨਾਲ ਇਹਨਾਂ ਨੇ ਜਿਹੜੇ ਆਪਣੇ ਦਿਲ ਦੇ ਵਿੱਚ ਇਤਿਹਾਸ ਨੂੰ ਸਹੀ ਸਿੱਖ ਇਤਿਹਾਸ ਨੂੰ ਜਾਣਨ ਦੀ ਚਿੰਗ ਸੀ ਉਸ ਨੂੰ ਲੈ ਕੇ ਜਗਿਆਸਾਂ ਨੂੰ ਲੈ ਕੇ ਇਹ ਇਤਿਹਾਸ ਇਕੱਠਾ ਕਰਨਾ ਸ਼ੁਰੂ ਕੀਤਾ ਤੇ ਲਿਖਿਆ ਪੱਟਾਂ ਦੇ ਕੋਲ ਜਾ ਕੇ ਜਦੋਂ ਪਤਾ ਲੱਗਾ ਇਹਨਾਂ ਨੂੰ ਕਿ ਉਹਨਾਂ ਕੋਲ ਬਹੁਤ ਸਾਰਾ ਸਿੱਖ ਇਤਿਹਾਸ ਹੈ ਤੱਥ ਇਕੱਠੇ ਕੀਤੇ ਪਏ ਹਨ ਤੇ ਉਹਨਾਂ ਖਿਲਰੇ ਪੁਲਰੇ ਪਏ ਹੋਏ ਤੱਥਾਂ ਨੂੰ ਇੱਕ ਸਹੀ ਰੂਪ ਦੇਣ ਦੀ ਸਹੀ ਦਿਸ਼ਾ ਤੇ ਦਿਸ਼ਾ ਦੇਣ ਦੀ ਜ਼ਰੂਰਤ ਹੈ ਉਹਨੂੰ ਸਹੀ ਰੂਪ ਦੇ ਕੇ ਸਿੱਖ ਇਤਿਹਾਸ ਸਿਰਜਣ ਦੀ ਲੋੜ ਹੈ ਤੇ ਇਹ ਪੱਟਾਂ ਦੇ ਕੋਲ ਗਏ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਰਹੇ ਉਹਨਾਂ ਦੇ ਪਰਿਵਾਰਾਂ 'ਚ ਰਹਿ ਕੇ ਉਹਨਾਂ ਦੀ ਟਹਿਲ ਪਾਣੀ ਸੇਵਾ ਕੀਤੀ ਉਹਨਾਂ ਦਾ ਪਾਣੀ ਭਰਿਆ ਤੇ ਮਿੰਤਾ ਤਰਲੇ ਕਰਕੇ ਬੇਨਤੀਆਂ ਜੋਦੜੀਆਂ ਉਹਨਾਂ ਪੱਟਾ ਅੱਗੇ ਕਰਕੇ ਕਿਉਂਕਿ ਇਹ ਪੱਟ ਨਹੀਂ ਸਨ ਇਸ ਕਰਕੇ ਇਹਨਾਂ ਨੂੰ ਉਹ ਸਿਖਾਉਣ ਤੋਂ ਨਾ ਨੁਕਰ ਕਰਦੇ ਰਹੇ ਪਰ ਇਹ ਆਪਣੀ ਲਗਨ ਨਿਸ਼ਠਾ ਤੇ ਦ੍ਰਿੜ ਇਰਾਦੇ ਦੇ ਨਾਲ ਉਹਨਾਂ ਦੀ ਸੇਵਾ 'ਚ ਲੱਗੇ ਰਹੇ ਤੇ ਉਹਨਾਂ ਤੋਂ ਪਟਾਖਰੀ ਇਹਨਾਂ ਨੇ ਸਿੱਖੀ ਉਹਨਾਂ ਦੀ ਜੋ ਭਾਸ਼ਾ ਸੀ ਪਟਾਖਰੀ ਸਿੱਖ ਲਈ ਪਰ ਹੁਣ ਉਹ ਪੱਟ ਜਿਹੜੇ ਸਨ ਪੰਡੇ ਸਨ ਆਪਣੀਆਂ ਵਹਿਆਂ ਕਿਸੇ ਨੂੰ ਦਿਖਾਉਂਦੇ ਨਹੀਂ ਹਨ ਇਹ ਉਹਨਾਂ ਦੀ ਜੱਦੀ ਜਾਇਦਾਦ ਇਹੋ ਹੀ ਉਹਨਾਂ ਦੀ ਮਲਕੀਅਤ ਸੀ ਇਸ ਕਰਕੇ ਉਹ ਦਿਖਾਉਂਦੇ ਨਹੀਂ ਸਨ ਫਿਰ ਬੜੀ ਮੁਸ਼ਕਲ ਦੇ ਨਾਲ ਇਹਨਾਂ ਨੇ ਤਾਂ ਉਮਰ ਉਹਨਾਂ ਦੀ ਸੇਵਾ ਕਰਦਿਆਂ ਹੋਇਆਂ ਉਹਨਾਂ ਤੋਂ ਸਿਰ ਵਹਿਆਂ ਦਿਖਾ ਕੇ ਕੁਝ ਨੋਟ ਲੈ ਲੈਣ ਦੇ ਵਾਸਤੇ ਮਨਾ ਲਿਆ ਅੱਗੇ ਤੋਂ ਅੱਗੇ ਇਹਨਾਂ ਨੇ ਜਾਣਕਾਰੀ ਜਿਹੜੀ ਸੀ ਇਕੱਤਰ ਕਰਨੀ ਸ਼ੁਰੂ ਕੀਤੀ ਜਾਣਕਾਰੀ ਸਾਰੀ ਇਕੱਤਰ ਕਰਕੇ ਸਾਈਕਲ ਤੇ ਇਹ ਘੁੰਮਦੇ ਰਹੇ ਕਿਉਂਕਿ ਗਰੀਬ ਬਹੁਤ ਸਨ ਤੇ ਸਾਰੀ ਉਮਰ ਤੇ ਇਹਨਾਂ ਦੀ ਉਹ ਪੜਦਿਆਂ ਸੁਣਦਿਆਂ ਲਿਖਦਿਆਂ ਲੰਘ ਗਈ ਫਿਰ ਇਹਨਾਂ ਨੇ ਇਕੱਤਰ ਕਰਨਾ ਸ਼ੁਰੂ ਕੀਤਾ ਵੱਖ-ਵੱਖ ਪਟਾਂ ਦੇ ਕੋਲ ਪਰਿਵਾਰਾਂ ਦੇ ਕੋਲ ਜਾ ਕੇ ਜਿੱਥੋਂ-ਜਿੱਥੋਂ ਪਤਾ ਲੱਗਦਾ ਕਿ ਫਲਾਣੇ ਥਾਂ ਤੇ ਫਲਾਣਾ ਘਟ ਪਰਿਵਾਰ ਜਿਹੜਾ ਹੈ ਉਹ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਜਾਣਕਾਰੀ ਇਕੱਠੀ ਕਰ ਰਿਹਾ ਹੈ ਤੋ ਵਕ ਵਕ ਥਾਵਾਂ ਤੇ ਜਾਂਦੇ ਉਹਨਾਂ ਦੇ ਬਜ਼ੁਰਗਾਂ ਤੋਂ ਪੁੱਛ ਪ੍ਰਤੀਤ ਕਰਦੇ ਗੁਰੂ ਘਰਾਂ ਵਿੱਚ ਜਾਂਦੇ ਗੁਰੂ ਘਰਾਂ ਵਿੱਚ ਜਾ ਕੇ ਸੇਵਾਦਾਰਾਂ ਤੋਂ ਤੇ ਉਸ ਗੁਰੂ ਘਰ ਦੇ ਨਾਲ ਇਤਿਹਾਸ ਦੇ ਨਾਲ ਸੰਬੰਧਿਤ ਦਸਤਾਵੇਜ਼ ਜੜੇ ਸਨ ਇਕੱਠੇ ਕਰਦੇ ਤੋ ਥਾਂ ਪੁਰ ਥਾਂ ਦੂਰ ਦਰੇਡੇ ਆਪਣੇ ਸਾਈਕਲ ਦੇ ਉੱਤੇ ਜਾ ਕੇ ਇਹਨਾਂ ਨੇ ਗਰੀਬੀ ਦਾਅਵੇ ਦੇ ਵਿੱਚ ਸਿੱਖ ਇਤਿਹਾਸ ਦੀ ਬਹੁਤ ਅਹਿਮ ਖੋਜ ਕੀਤੀ ਤੇ ਆਪਣੇ ਸਮੇਂ ਦੇ ਉਸ ਸਮੇਂ ਦੇ ਰਸਾਲਿਆਂ ਦੇ ਵਿੱਚ ਅਖਬਾਰਾਂ ਦੇ ਵਿੱਚ ਥੋੜੇ ਥੋੜੇ ਲੇਖ ਜਿਹੜੇ ਸਨ ਉਹ ਲਿਖ ਕੇ ਛਾਪਣੇ ਜਿਹੜੇ ਸਨ ਸ਼ੁਰੂ ਕੀਤੇ ਇੰਨੇ ਪੈਸੇ ਨਹੀਂ ਸਨ ਕਿ ਉਹ ਸਾਰੇ ਲੇਖਾਂ ਨੂੰ ਇੱਕ ਕਿਤਾਬ ਦੀ ਸ਼ਕਲ ਦੇ ਵਿੱਚ ਛਪਵਾ ਸਕਦੇ ਇਸ ਤੋਂ ਪਹਿਲਾਂ ਕਿ ਉਹ ਛਾਪੋਂਦੇ ਜਾਂ ਕਿਸੇ ਦੇ ਉਹ ਸੰਬੰਧ ਵਿੱਚ ਆਉਂਦੇ ਕਿਸੇ ਹੋਰ ਗੁਰਸਿੱਖ ਦੇ ਨਾਲ ਵਿਦਵਾਨ ਨਾਲ ਮੀਰ ਨਾਲ ਰਾਬਤਾ ਕਰਦੇ ਉਨਸੋ 77 ਵਿੱਚ ਇਸੇ ਤਰ੍ਹਾਂ ਹੀ ਚਲਾਣਾ ਕਰ ਜਾਂਦੇ ਹਨ ਪਰ ਇੱਕ ਐਸੇ ਗੁਰਸ਼ਖ ਪਿਆਰੇ ਭਾਈ ਗੁਰਮਖ ਸਿੰਘ ਬਹੁਤ ਹੀ ਵਿਦਵਾਨ ਪੀ ਐਚ ਡੀ ਡਾਕਟਰ ਸਨ ਔਰ ਇਹ ਭਾਸ਼ਾ ਵਿਭਾਗ ਦੇ ਡਾਇਰੈਕਟਰ ਦੇ ਅਹੁਦੇ ਤੋਂ ਰਿਟਾਇਰ ਇਹਨਾਂ ਨੇ ਉਹਨਾਂ ਦੇ ਕੁਝ ਲੇਖਾਂ ਨੂੰ ਰਸਾਲਿਆਂ ਦੇ ਵਿੱਚ ਪੜ੍ਹਿਆ ਸੀ ਨਿਗਾਹ ਮਾਰੀ ਸੀ ਤੇ ਉਹਨਾਂ ਦੀ ਜੋ ਜਾਣਕਾਰੀ ਸੀ ਬਹੁਤ ਗੁਰਮਖ ਸਿੰਘ ਜੀ ਨੂੰ ਪਸੰਦ ਵੀ ਆਈ ਤੇ ਸਟੇਕ ਵੀ ਲੱਗੀ ਹੈ ਤੇ ਭਾਈ ਗੁਰਮਖ ਸਿੰਘ ਜੀ ਨੇ ਡਾਇਰੈਕਟਰ ਸਾਹਿਬ ਜੀ ਨੇ ਉਹਨਾਂ ਦੀ ਸਾਰੀ ਜਾਣਕਾਰੀ ਨੂੰ ਇਕੱਤਰ ਸ਼ੁਰੂ ਕਰਨਾ ਕੀਤਾ ਰਸਾਲਿਆਂ ਵਿੱਚੋਂ ਤੇ ਮੈਗਜ਼ੀਨਾਂ ਦੇ ਵਿੱਚੋਂ ਫਿਰ ਅਖਬਾਰਾਂ ਦੇ ਵਿੱਚੋਂ ਤੇ ਹੋਰ ਜਿਹੜੇ ਅਣਛਪੇ ਵੀ ਉਹਨਾਂ ਦੇ ਸਰੋਤ ਪਏ ਸਨ ਉਹਨਾਂ ਦੇ ਪਰਿਵਾਰ ਕੋਲ ਉਹਨਾਂ ਦੀ ਧਰਮ ਪਤਨੀ ਜੋ ਪਿੱਛੇ ਸੀ ਉਸ ਦੇ ਕੋਲ ਜਾ ਕੇ ਉਹ ਸਾਰੀ ਜਾਣਕਾਰੀ ਉਹਨਾਂ ਦੇ ਕੋਲ ਜਿਹੜੀ ਅਜੇ ਕੱਚੇ ਖਰੜੇ ਹੀ ਪਏ ਸਨ ਉਹ ਲੈ ਕਰਕੇ ਇਕੱਤਰ ਕੀਤੀ ਗੁਰਮਖ ਸਿੰਘ ਜੀ ਨੇ ਡਾਕਟਰ ਸਾਹਿਬ ਜੀ ਨੇ ਇਸ ਨੂੰ ਇੱਕ ਕਿਤਾਬੀ ਸ਼ਕਲ ਦਿੱਤਾ ਭਾਈ ਗਰਜਾ ਸਿੰਘ ਜੀ ਦੀ ਇਤਿਹਾਸਕ ਖੋਜ ਤੇ ਉਹ ਭਾਈ ਗਰਜਾ ਸਿੰਘ ਜੀ ਨੇ ਇਹ ਜਿਹੜੀ ਇਤਿਹਾਸ ਖੋਜ ਕੀਤੀ ਇਹਨੂੰ ਡਾਕਟਰ ਗੁਰਮਖ ਸਿੰਘ ਜੀ ਡਾਇਰੈਕਟਰ ਭਾਸ਼ਾ ਵਿਭਾਗ ਉਹਨਾਂ ਨੇ ਸੰਪਾਦਿਤ ਕੀਤਾ ਹੈ ਇਸ ਕਿਤਾਬ ਨੂੰ ਸਿੰਘ ਬ੍ਰਦਰਜ਼ ਅੰਮ੍ਰਿਤਸਰ ਸਾਹਿਬ ਵਾਲਿਆਂ ਨੇ ਬਹੁਤ ਹੀ ਪਿਆਰ ਤੇ ਨਿਸ਼ਟਾ ਦੇ ਨਾਲ ਛਾਪਿਆ ਹੈ ਜਿਵੇਂ ਕਿ ਉਹਨਾਂ ਦਾ ਛਪਾਈ ਜਿਹੜੀ ਹੁੰਦੀ ਹੈ ਤੇ ਮਿਆਰ ਜਿਹੜਾ ਹੁੰਦਾ ਹੈ ਉਹ ਬੜਾ ਉੱਚਾ ਹੁੰਦਾ ਹੈ ਤੇ ਆਪਾਂ ਹੁਣ ਇਸ ਕਿਤਾਬ ਦੇ ਵਿੱਚ ਜੋ ਜਾਣਕਾਰੀ ਦਿੱਤੀ ਹੈ ਸਿੱਖ ਇਤਿਹਾਸ ਦੇ ਅਜੇ ਵੀ ਬਹੁਤ ਸਾਰੇ ਤੱਤ ਕਈ ਸਾਡੇ ਗਲਤ ਧਾਰਨਾਵਾਂ ਪਰੰਪਰਾਵਾਂ ਗੁਰੂਆਂ ਸਾਖੀਆਂ ਦੇ ਨਾਲ ਸੰਬੰਧਿਤ ਉਪਈਆਂ ਹੋਈਆਂ ਹਨ ਮਸਲਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੋ 22 ਸਾਲ ਦਾ ਸਮਾਂ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਲਾਣੇ ਤੋਂ ਲੈ ਕਰਕੇ ਜੋਤੀ ਜੋਤ ਸਮਾਨ ਤੋਂ ਲੈ ਕੇ ਉਹਨਾਂ ਦੇ ਗੁਰੂ ਤੇਗ ਬਹਾਦਰ ਜੀ ਦੇ ਗੁਰਤਾ ਗੱਦੀ ਵਿਰਾਜਮਾਨ ਹੋਣ ਤੱਕ ਇਹ ਸਾਰੇ ਦਾ ਸਾਰਾ ਸਮਾਂ ਪਰੰਪਰਾਵਾਂ ਤੇ ਜੋ ਸਿੱਖਾਂ ਦੇ ਵਿੱਚ ਸਾਖੀਆਂ ਪ੍ਰਚਲਿਤ ਹਨ ਕਿ ਗੁਰੂ ਸਾਹਿਬ ਜੀ ਨੇ ਬਾਬੇ ਬਕਾਲੇ ਵਿਖੇ ਗੁਜ਼ਾਰਿਆ ਪਰ ਭਟਵਈਆਂ ਤੇ ਸਰੋਤਾਂ ਤੋਂ ਭਾਈ ਗੁਰਜਾ ਸਿੰਘ ਤੇ ਹੋਰ ਵੀ ਬਹੁਤ ਸਾਰੇ ਇਤਿਹਾਸਕਾਰਾਂ ਨੇ ਲਿਖਿਆ ਕਿ ਨਹੀਂ ਗੁਰੂ ਸਾਹਿਬ ਜੀ ਇਸ ਸਮੇਂ ਦੇ ਵਿੱਚ ਵਿਚਾਰੇ ਵੀ ਪ੍ਰਚਾਰ ਦੌਰੇ ਇਕੱਲੇ ਹੀ ਨਹੀਂ ਸਗੋਂ ਆਪਣੇ ਨਾਲ ਹੋਰ ਗੁਰਸਿੱਖਾਂ ਨੂੰ ਕਾਟ ਤੋਂ ਕਾਟ 15 20 ਹੋਰ ਗੁਰਸ਼ੇਖਾਂ ਨੂੰ ਮੁਖੀਆਂ ਨੂੰ ਲੈ ਕੇ ਥਾਂ ਪਰ ਥਾਂ ਪੰਜਾਬ ਤੇ ਪੰਜਾਬ ਤੋਂ ਬਾਹਰ ਯੂਪੀ ਤੱਕ ਪ੍ਰਚਾਰ ਕਰਦੇ ਰਹੇ ਤਾਂ ਭਾਈ ਗਰਜਾ ਸਿੰਘ ਜੀ ਨੇ ਉਹਨਾਂ ਦੇ ਨਾਲ ਸਬੰਧ ਦੇ ਤੇ ਵੀ ਇਹ ਬਹੁਤ ਸਾਰੇ ਜਾਣਕਾਰੀ ਦਿੱਤੀ ਹੈ ਗੁਰੂ ਹਰ ਰਾਏ ਸਾਹਿਬ ਜੀ ਬਾਬਾ RAM ਰਾਏ ਜੀ ਦੇ ਨਾਲ ਕਈ ਸਰਾਂ ਦੇ ਸਬੰਧਿਤ ਤੱਥ ਜੋ ਧਾਰਨਾਵਾਂ ਪਈਆਂ ਕਿ ਭਾਈ ਜਿਹੜੇ RAM ਰਾਏ ਜੀ ਸਨ ਗੁਰੂ ਸਾਹਿਬ ਜੀ ਦੇ ਸਾਹਿਬ ਜਾਦੇ ਗੁਰੂ ਹਰ ਰਾਏ ਸਾਹਿਬ ਜੀ ਦੇ ਉਹ ਗੁਰੂ ਘਰ ਤੋਂ ਮਉਣ ਕਰ ਸੰ ਪਰ ਅਜੇ ਨਹੀਂ ਉਹ ਗੁਰੂ ਦੇ ਆਗਿਆਕਾਰ ਸਪੁੱਤਰ ਸਨ ਚਾਹੇ ਉਹਨਾਂ ਨੇ ਬਹੁਤ ਵੱਡੀ ਗਲਤੀ ਕਰ ਲਈ ਤੇ ਪਰ ਫਿਰ ਵੀ ਉਹ ਹਮੇਸ਼ਾ ਹੀ ਗੁਰੂ ਦੇ ਆਗਿਆਕਾਰ ਬਣ ਕੇ ਰਹੇ ਪੰਗਾਣੀ ਦੇ ਯੁੱਧ ਬਾਰੇ ਪੀਰ ਭੀਖਣ ਸ਼ਾਹ ਜੀ ਦੇ ਬਾਰੇ ਦੇ ਵਿੱਚ ਔਰ ਬਾਲ ਹਕੀਕਤ ਰਾਏ ਜੀ ਅੱਜ ਤੱਕ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਇਤਿਹਾਸ ਇਤਿਹਾਦਿਕ ਗੁਰੂ ਸਾਹਿਬ ਜੀ ਦੇ ਇਤਿਹਾਸ ਗੁਰੂ ਕੇ ਸਿੱਖਾਂ ਦੇ ਨਾਲ ਸੰਬੰਧਿਤ ਬਹੁਤ ਹੀ ਵਿਸਥਾਰ ਸਹਿਤ ਇੰਨਾ ਭੱਟ ਵਈਆਂ ਦੇ ਵਿੱਚੋਂ ਨਾਲ ਦੀ ਨਾਲ ਮਹਿਮਾ ਪ੍ਰਕਾਸ਼ ਅਤੇ ਪ੍ਰਾਚੀਨ ਪੰਥ ਪ੍ਰਕਾਸ਼ ਤੇ ਹੋਰ ਜਿਹੜੇ ਇਤਿਹਾਸ ਦੇ ਸਰੋਤ ਹਨ ਗੁਰਬਿਲਾਸ ਬਾਛੇ 6ਵੀਂ ਗੁਰਬਿਲਾਸ ਬਾਛੇ 6 ਦਸਵੀਂ ਆਦਿਕ ਵਿੱਚੋਂ ਹਵਾਲੇ ਲੈ ਲੈ ਕੇ ਭਾਈ ਗਰਜਾ ਸਿੰਘ ਨੇ ਇਹ ਇਤਿਹਾਸ ਜਿਹੜਾ ਸੀ ਸਾਰਾ ਆਪਣਾ ਕਲਮ ਬੰਦ ਕੀਤਾ ਤੇ ਪ੍ਰੋਫੈਸਰ ਗੁਰਮਖ ਸਿੰਘ ਜੀ ਨੇ ਇਸ ਨੂੰ ਇਹ ਸੰਪਾਦਿਤ ਕਰਕੇ ਕਿਤਾਬੀ ਸ਼ਕਲ ਦੇ ਵਿੱਚ ਸਾਡੇ ਤੱਕ ਪਹੁੰਚਦਾ ਕੀਤਾ ਹੈ ਮੇਰੀ ਗੁਜ਼ਾਰਿਸ਼ ਹੈ ਆਪ ਜਿੰਨੀਆਂ ਵੀ ਗੁਰੂ ਕੇ ਸਿੱਖ ਗੁਰੂ ਕੇ ਇਤਿਹਾਸ ਦੀਆਂ ਮਤਲਾਸ਼ੀ ਸਿੱਖ ਸੰਗਤਾਂ ਹਨ ਸਹੀ ਸਿੱਖ ਇਤਿਹਾਸ ਜਾਨਣਾ ਚਾਹੁੰਦੀਆਂ ਹਨ ਅਤੇ ਜਿਹੜੇ ਜਿਗਿਆਸੂ ਹਨ ਇਸ ਤੋਂ ਇਲਾਵਾ ਵਿਦਵਾਨ ਸਿੱਖ ਪੁਰਸ਼ ਖੋਜੀ ਹਨ ਇਤਿਹਾਸ ਦੇ ਉਹਨਾਂ ਦੇ ਵਾਸਤੇ ਤੇ ਇਹ ਜਿਹੜੀ ਕਿਤਾਬ ਹੈ ਬੜੀ ਸੌਗਾਤ ਹੈ ਆਪਾਂ ਜਰੂਰ ਸਾਰੇ ਲੈ ਕੇ ਪੜਿਓ ਪ੍ਰਚਾਰਕ ਵਿਦਵਾਨ ਕਥਾਵਾਚਕਾਂ ਨੂੰ ਤੇ ਇਹ ਕਿਤਾਬ ਜ਼ਰੂਰ ਇਹ ਪੜ੍ਹਨੀ ਚਾਹੀਦੀ ਹੈ ਬਹੁਤ ਸਾਰੀ ਨਵੀਂ ਜਾਣਕਾਰੀ ਮਿਲਦੀ ਹੈ ਹਾਲਾਂਕਿ ਮੈਂ ਵੀ ਬਹੁਤ ਸਾਰੀ ਇਤਿਹਾਸ ਦੀਆਂ ਕਿਤਾਬਾਂ ਅੰਗਰੇਜ਼ੀ ਪੰਜਾਬੀ ਹਿੰਦੀ ਦੀਆਂ ਪੁਰਾਣੀਆਂ ਤੇ ਅੱਜ ਕੱਲ੍ਹ ਦੇ ਵਿਦਵਾਨਾਂ ਦੀਆਂ ਪੜ੍ਹਦਾ ਰਹਿੰਦਾ ਹਾਂ ਪਰ ਜੋ ਭਾਈ ਗਰਜਾ ਸਿੰਘ ਨੇ ਸੋਚ ਜਾਣਕਾਰੀ ਦਿੱਤੀ ਹੈ ਉਹ ਵੀ ਬਹੁਤ ਹੀ ਨਵੀਨ ਤੇ ਤੱਥਾਂ ਦੇ ਉੱਤੇ ਆਧਾਰਿਤ ਜਾਣਕਾਰੀ ਹੈ ਤੇ ਇਹ ਸਾਰੀ ਸਿੱਖ ਇਤਿਹਾਸ ਨਾਲ ਸੰਬੰਧਿਤ ਸਾਨੂੰ ਜਾਣਕਾਰੀ ਦੀ ਇਹ ਜਿਹੜੀ ਪੁਸਤਕ ਹੈ ਖੋਜ ਦੀ ਪੁਸਤਕ ਹੈ ਗਰਜਾ ਸਿੰਘ ਜੀ ਨੇ ਬੜੀ ਮਿਹਨਤ ਦੇ ਨਾਲ ਇਹ ਉਸ ਸਮੇ ਲਿਖੀ ਸੀ ਤੇ ਭਾਈ ਸਾਹਿਬ ਗੁਰਮਖ ਸਿੰਘ ਜੀ ਨੇ ਸੰਪਾਦਿਤ ਕਰਕੇ ਸਾਡੇ ਸਾਹਮਣੇ ਪਾਟਕਾਂ ਦੀ ਝੋਲੀ 'ਚ ਸਿੱਖ ਸਾਹਿਤ ਨੂੰ ਹੋਰ ਅਮੀਰ ਕਰਨ ਵਾਸਤੇ ਪਾਈ ਹੈ ਇਸ ਨੂੰ ਆਪਾਂ ਲਈਏ ਪੜ੍ਹੀਏ ਤੇ ਆਪਣੇ ਇਤਿਹਾਸ ਤੋਂ ਆਪ ਅਸੀਂ ਵਾਕਫ ਹੋਈ ਜੀ ਅੱਜ ਦੇ ਐਪੀਸੋਡ ਵਿੱਚ ਐਨਾ ਹੀ ਪਰਵਾਨ ਕਰੋ ਇਹ ਸਾਰੀ ਵੀਡੀਓ ਤੁਸੀਂ ਜੋ ਦੇਖੀ ਹੈ ਇਹਨੂੰ ਲਾਈਕ ਕਰੋ ਇਹਨੂੰ ਅੱਗੇ ਹੋਰ ਗੁਰਸਿੱਖਾਂ ਤੱਕ ਸ਼ੇਅਰ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਇਹ ਸਾਡੀ ਗੁਜਾਰਿਸ਼ ਹੈ ਅਗਲੇ ਹਫਤੇ ਫੇਰ ਲੈ ਕੇ ਹਾਜ਼ਰ ਹੋਵਾਂਗਾ ਤਦ ਤੱਕ ਲਈ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ